ਲਾਤਵੀਆ ਕੰਟਰੀ ਦੇ ਵਿੱਚ ਸਭ ਤੋਂ ਪਹਿਲਾ ਡਾਊਟ ਕਲੀਅਰ ਇਹ ਹੈ ਕਿ ਇੰਟਰਵਿਊ ਜਿਹੜਾ ਮੇਨ ਟਾਪਿਕ ਹੈ ਇੰਟਰਵਿਊ ਕਿਸ ਤਰ੍ਹਾਂ ਦੀ ਹੁੰਦੀ ਹੈ ਇੰਟਰਵਿਊ ਦਾ ਮੇਨ ਮੁੱਦਾ ਹੈ ਸੋ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਹੈ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਯੂਨੀਵਰਸਿਟੀ ਦਾ ਇੰਟਰਵਿਊ ਦਾ ਕਨਸੈਪਟ ਕਲੀਅਰ ਨਹੀਂ ਹੋਇਆ ਫਿਰ ਤੁਹਾਡਾ ਅਪਲਾਈ ਕਰਨਾ ਬੀਸਟ ਹੈ ਤੁਹਾਡੀ ਮਨੀ ਬੇਸਟ ਜਿਵੇਂ ਸਾਡੇ ਸਟੂਡੈਂਟ ਦੇ ਇੰਟਰਵਿਊ ਹੋਈ ਸੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਇਹ ਅੰਬੈਸੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੰਟਰਵਿਊ ਹੁੰਦੀ ਹੈ ਇਸ ਬਾਰੇ ਮੈਂ ਗੱਲ ਕਰੂੰਗਾ ਸਭ ਤੋਂ ਪਹਿਲਾਂ ਸੋ ਇਹ ਜਿਹੜੀ ਇੰਟਰਵਿਊ ਹੁੰਦੀ ਹੈ ਡਿਪੈਂਡ ਕਰਦਾ ਹੈ ਕਿਹੜੀ ਯੂਨੀਵਰਸਿਟੀ ਹੈ ਹੁਣ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਯੂਨੀਵਰਸਿਟੀ ਦੀ ਇੰਟਰਵਿਊ ਰਿਗਾ ਟੈਕਨੀਕਲ ਯੂਨੀਵਰਸਿਟੀ ਗਵਰਨਮੈਂਟ ਯੂਨੀਵਰਸਿਟੀ ਏ ਇਸ ਯੂਨੀਵਰਸਿਟੀ ਦੇ ਵਿੱਚ ਇੰਟਰਵਿਊ ਕਿਸ ਤਰ੍ਹਾਂ ਦੀ ਹੁੰਦੀ ਹੈ ਏ ਇਸ ਯੂਨੀਵਰਸਿਟੀ ਨੇ ਪਹਿਲਾਂ ਨਾਲੋਂ ਜਿਹੜਾ ਸਿਸਟਮ ਹੈ ਸਾਰਾ ਚੇਂਜ ਕਰਤਾ ਸਭ ਤੋਂ ਪਹਿਲਾਂ ਜਿਹੜੀ ਇੰਟਰਵਿਊ ਹੋਊਗੀ ਤੁਸੀਂ ਆਪਣੇ ਲੈਪਟਾਪ ਦੇ ਉੱਪਰ ਲਿੰਕ ਨੂੰ ਓਪਨ ਕਰੋਗੇ ਜਿਹੜਾ ਲਿੰਕ ਓਪਨ ਕੀਤਾ ਉਸ ਦੇ ਵਿੱਚ ਤੁਹਾਨੂੰ ਕੁਐਸਚਨ ਆਉਣਗੇ ਉਹ ਤੁਸੀਂ ਕੁਐਸਚਨ ਦਾ ਰਿਪਲਾਈ ਕਰਨਾ ਪਰ ਡਾਊਟ ਕੀ ਹੈ ਤੁਹਾਡੀ ਇੰਟਰਵਿਊ ਕਲੀਅਰ ਨਹੀਂ ਹੋਣੀ ਡਾਊਟ ਏ ਮੈਂ 100% ਕਹਿਣਾ ਕਿ ਤੁਹਾਡੀ ਇੰਟਰਵਿਊ ਕਲੀਅਰ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਏਜੰਟ ਜ਼ੋਰ ਲਾਉਂਦੇ ਆ ਤੁਹਾਡਾ ਨਾਮ ਕੀ ਹੈ ਤੁਸੀਂ ਲਾਤਵੀਆ ਕੋ ਚੂਜ਼ ਕੀਤਾ ਹੈ ਤੁਹਾਡੀ ਫੈਮਿਲੀ ਮੈਂਬਰ ਕਿੰਨੇ ਆ ਤੇ ਲਾਤਵੀਆ ਤੁਸੀਂ ਕਿਉਂ ਚੂਜ਼ ਕੀਤਾ ਕਿਉਂਕਿ ਅਫੋਰਡੇਬਲ ਸਟੱਡੀ ਆ ਹੀ ਰੱਟੇ ਰੱਟੇ ਮਾਰ ਮਾਰ ਕੇ ਰੱਟਾ ਤੁਸੀਂ ਯੂਨੀਵਰਸਿਟੀ ਨੂੰ ਉਹਨਾਂ ਦੇ ਕੰਨ ਸਜਾਤੇ ਪਗਾਰ ਰੱਖੇ ਤੁਸੀਂ ਯੂਨੀਵਰਸਿਟੀ ਨੇ ਆਪਣਾ ਪੈਟਰਨ ਚੇਂਜ ਕਰ ਲਿਆ ਤੁਹਾਨੂੰ ਪਤਾ ਹੈ ਵੀਡੀਓ ਛੱਡ ਕੇ ਨਾ ਜਾਇਓ ਛੱਡੋਗੇ ਤੁਹਾਡੇ ਕੰਮ ਦੀ ਹੈ ਮੇਰੇ ਕੰਮ ਦੀ ਨਹੀਂ ਮੈਨੂੰ ਕੋਈ ਕੇਸ ਨਾਲ ਇੰਟਰਸਟ ਨਹੀਂ ਮੈਨੂੰ ਮੈਟਰ ਇਹ ਨਹੀਂ ਕਿ ਕਿਸ ਰਿਸਟਰਡ ਹੋਊਗਾ ਮੈਟਰ ਇਹ ਹੈ ਕਿ ਤੁਹਾਡੀ ਲਾਈਫ ਬਣਨੀ ਚਾਹੀਦੀ ਸਭ ਤੋਂ ਪਹਿਲਾਂ ਕੀ ਸਿਸਟਮ ਹੈ ਕਿ ਜਿਹੜੀ ਇੰਟਰਵਿਊ ਹੈ ਜੇ ਤੁਸੀਂ ਕੰਪਿਊਟਰ ਸਿਸਟਮ ਦੇ ਵਿੱਚ ਅਪਲਾਈ ਕੀਤਾ ਜੇ ਤੁਸੀਂ ਇਕਨੋਮਿਕਸ ਦੇ ਵਿੱਚ ਅਪਲਾਈ ਕੀਤਾ ਜੇ ਤੁਸੀਂ ਬਿਲਡਿੰਗ ਦੇ ਵਿੱਚ ਅਪਲਾਈ ਕੀਤਾ ਜੇ ਤੁਸੀਂ ਐਰੋਡੈਨਮਿਕ ਦੇ ਵਿੱਚ ਅਪਲਾਈ ਕੀਤਾ ਸੋ ਜਿਹੜੀ ਫੀਲਡ ਦੇ ਵਿੱਚ ਅਪਲਾਈ ਕੀਤਾ ਉਸ ਫੀਲਡ ਦੇ ਰਿਲੇਟਡ ਤੁਹਾਨੂੰ ਕੁਐਸਚਨ ਆਉਣਗੇ ਕੀ ਤੁਹਾਨੂੰ ਇਸ ਚੀਜ਼ ਦੇ ਬਾਰੇ ਕੋਈ ਬੰਦਾ ਦੱਸ ਸਕਦਾ ਹੈ ਮੈਨੂੰ ਇੱਕ ਵੀਡੀਓ ਮੇਰੇ ਨੰਬਰ ਉੱਪਰ ਸ਼ੇਅਰ ਕਰ ਦਿਓ ਜੇ ਤੁਹਾਨੂੰ ਇਸ ਟਾਈਪ ਦੀ ਵੀਡੀਓ ਮਿਲ ਜੇ ਕਿਉਂਕਿ ਦੱਸ ਦੇ ਕਿਉਂ ਨਹੀਂ ਉਹਨਾਂ ਨੂੰ ਪਤਾ ਹੈ ਕਿ ਸਟੂਡੈਂਟ ਇੰਟਰਵਿਊ ਕਲੀਅਰ ਕਰ ਲੈਣਗੇ ਆਪਦੀ ਆਪ ਅਪਲਾਈ ਕਰ ਲਿਆ ਸਾਨੂੰ ਕੌਣ ਪੁੱਛੂਗਾ ਬੜਾ ਇੰਨੇ ਵਿੱਚ ਔਲਾ ਸੋ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਾਰ-ਮਾਰ ਕੇ ਆਪਾਂ ਫਸ ਜਾਂਦੇ ਹਾਂ ਉਹਨਾਂ ਦੀਆਂ ਗੱਲਾਂ ਚਾੱਕ ਕੇ ਸਾਡੇ ਜੋ ਗੱਲ ਹੈ ਬਿਲਕੁਲ ਮੂਤੇ ਹੈ ਸੋ ਸਪਸ਼ਟ ਗੱਲ ਕੀ ਹੈ ਸਪਸ਼ਟ ਗੱਲ ਤੁਸੀਂ ਜਿਹੜੇ ਕੋਰਸ ਦੇ ਵਿੱਚ ਅਪਲਾਈ ਕੀਤਾ ਹੈ ਉਸ ਕੋਰਸ ਦੇ ਰਿਲੇਟਡ ਜੇ ਤੁਸੀਂ ਫਾਈਨਾਂਸ ਦਾ ਕੋਰਸ ਅਪਲਾਈ ਕੀਤਾ ਥੈਨ ਫਾਈਨਾਂਸ ਦੀ ਇੰਟਰਵਿਊ ਆਉਗੀ ਉਸ ਦੇ ਕੁਐਸਚਨ ਹੋਣਗੇ ਕਿ ਫਾਈਨਾਂਸ ਦੇ ਕਿਹੜੇ ਕਿਹੜੇ ਸਬਜੈਕਟ ਹੈ ਤੁਸੀਂ ਇਕਨੋਮਿਕਸ ਨੂੰ ਤੁਸੀਂ ਬਿਜ਼ਨਸ ਰਿਲੇਟਡ ਅਪਲਾਈ ਕੀਤਾ ਤੁਸੀਂ ਬਿਜ਼ਨਸ ਨੂੰ ਕਿਵੇਂ ਚਲਾ ਸਕਦੇ ਹੋ ਤੋਡੇ ਬਿਜ਼ਨਸ ਦੇ ਵਿੱਚ ਲੀਡਰ ਕੀ ਹੁੰਦਾ ਹੈ ਟੀਮ ਮੈਂਬਰ ਕੀ ਹੁੰਦਾ ਹੈ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਆਉਣਗੇ ਬਟ ਇੱਕ ਜੈਨੂਇਨ ਗੱਲ ਜਿਹੜੀ ਬੰਦੇ ਨੇ ਵੀਡੀਓ ਚ ਕਹਤੀ ਉਹੀ ਬੰਦੇ ਦੇ ਦਿਲ ਚ ਹੈ ਇਹ ਨਹੀਂ ਕਿ ਪਹਿਲਾਂ ਮਿੱਟੀਆ ਮਾਰਗ ਰਜਿਸਟਰ ਕੀਤਾ ਫਿਰ ਮੈਂ ਬਦਲ ਗਿਆ ਸੋ ਕੁਐਸਚਨ ਸਿਰਫ ਤਾਂ ਸਿਰਫ ਜਿਹੜੇ ਕੋਰਸ ਚ ਅਪਲਾਈ ਕੀਤਾ ਉਸ ਕੋਰਸ ਦੇ ਬਾਰੇ ਪੂਰਾ ਰੀਡ ਕਰੋ ਫਾਈਬਰ ਕ੍ਰਾਈਮ ਬਾਰੇ ਰੀਡ ਕਰੋ ਤੁਸੀਂ ਜਿਹੜੇ ਕੋਰਸ ਦੀ ਫੀਸ ਰੀਡ ਕਰੋ ਉਸ ਕੋਰਸ ਦੇ ਵਿੱਚ ਕਿੰਨੇ ਟਾਈਪ ਦੇ ਸਬਜੈਕਟ ਹੈ ਕਿੰਨੀ ਟਿਊਸ਼ਨ ਫੀਸ ਹੈ ਸੋ ਮੇਨ ਮੇਰਾ ਕੁਐਸਚਨ ਇਹੀ ਹੈ ਕਿ ਤੁਹਾਨੂੰ ਕੁਐਸਚਨਾਂ ਦੇ ਆਨਸਰ ਹੋਣੇ ਜ਼ਰੂਰੀ ਹੈ ਜੇ ਤੁਹਾਡੀ ਇੰਗਲਿਸ਼ ਚੰਗੀ ਨਹੀਂ ਹੈਗੀ ਜੇ ਤੁਸੀਂ ਰੀਡ ਕਰੋਗੇ ਕਿ ਬਾਇਓ ਜੂ ਟੂਜ਼ ਲਾਤੇ ਵੀ ਆ ਬਾਇਓ ਜੂ ਚੂਜ਼ ਪਲਾਨਾ ਬਾਇਓ ਜੂਜ਼ ਆ ਫੇਰ ਨਹੀਂ ਪਾਸ ਹੁੰਦੀ ਫੇਰ ਛੱਡ ਦਿਓ ਨਾ ਅਪਲਾਈ ਕਰੋ ਕਿਉਂਕਿ ਇਹਨਾਂ ਦਾ ਕੋਈ ਵੀ ਹੱਲ ਨਹੀਂ ਦੂਜੀ ਇੰਟਰਵਿਊ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਤਰੀਬਾ ਯੂਨੀਵਰਸਿਟੀ ਦੇ ਵਿੱਚ ਤਰੀਬਾ ਦੇ ਵਿੱਚ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਮੈਥ ਨਹੀਂ ਆਉਂਦਾ ਹੋਣਾ ਕਿਉਂਕਿ ਮੈਥ ਦੇ ਇਕੁਏਸ਼ਨ ਪੁੱਛ ਲੈਣੀ ਉਹਨਾਂ ਨੇ ਕਿਉਂਕਿ ਪਹਿਲਾਂ ਜਦੋਂ ਆਪਾਂ ਕਿਸੇ ਵੀ ਤਰੀਬਾ ਦੇ ਵਿੱਚ ਕੋਰਸ ਅਪਲਾਈ ਕਰਦੇ ਆ ਸੋ ਜਦੋਂ ਆਪਾਂ ਜਦੋਂ ਆਪਾਂ ਮਤਲਬ ਕਿ ਅਪਲਾਈ ਕੀਤਾ ਤਰੀਬਾ ਦੇ ਵਿੱਚ ਉਹਨਾਂ ਨੇ ਮੈਥ ਦੀ ਇਕੁਏਸ਼ਨ ਪੁੱਛਣੀ ਹੈ ਤੁਹਾਨੂੰ ਮੈਥ ਦੀ ਇਕੁਏਸ਼ਨ ਨਹੀਂ ਹੋਣੀ ਸੋ ਇਹ ਜਿਹੜੀ ਮੈਥ ਦੀ ਇਕੁਏਸ਼ਨ ਹੈ ਮੈਥ ਦੀ ਇਕੁਏਸ਼ਨ ਤੁਹਾਨੂੰ ਪੁੱਛਣਗੇ ਉਹ ਜਿਹੜੀ ਪੂਰੀ ਨਹੀਂ ਹੋਣੀ ਜਿਸ ਕਰਕੇ ਤੁਹਾਡੀ ਇੰਟਰਵਿਊ ਪਾਸ ਨਹੀਂ ਹੋਣੀ ਕਿਉਂਕਿ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਮੈਥ ਦੀ ਇਕੁਏਸ਼ਨ ਪੁੱਛਣੀ ਹੈ ਕਈ ਸਟੂਡੈਂਟ ਉਹ ਨਹੀਂ ਪੁੱਛਦੇ ਜਿਹੜੇ ਲੱਗਦੇ ਇੰਟੈਲੀਜੈਂਟ ਨਾਰਮਲ ਇੰਟਰਵਿਊ ਹੁੰਦੀ ਹੈ ਤਰੀਬਾ ਦੇ ਵਿੱਚ ਫੇਸ ਟੂ ਫੇਸ ਹੁੰਦੀ ਹੈ ਕਿ ਬਾਏ ਚੂਜ਼ ਲੱਤ ਵੀ ਆ ਉਹ ਬਾਏ ਬੂਏ ਵਾਲਾ ਮੈ ਤਾਂ ਬਾੜਾ ਨਾ ਨਹੀਂ ਲੈਂਦਾ ਕਿਉਂਕਿ ਅਸੀਂ ਤਾਂ ਕੁਸਚਨ ਜਿਆਦਾ ਹੀ ਕਰਾਉਂਦੇ ਅਸੀਂ ਕਿਸੇ ਵੀ ਪਰਸਨ ਨੂੰ ਪ੍ਰੈਕਟਿਸ ਤੋਂ ਕਰਾਉਣੇ ਆ ਪਰ ਉਹਨਾਂ ਨੂੰ ਇੱਕ ਇੱਕ ਤਰੀਕੇ ਨਾਲ ਕਰਾਉਣੇ ਆ ਕਿ ਤੁਸੀਂ ਇੰਟਰਵਿਊ ਨੂੰ ਟੈਕਲ ਕੇ ਮੇ ਕਰਨਾ ਹੈ ਇਹ ਕਿ ਆ ਕੁਸਚਨ ਰੀਡ ਕਰ ਲਓ ਇਹ ਨਹੀਂ ਇਹ ਇਹ ਗਲਤ ਕੰਮ ਨਹੀਂ ਕਰ ਰਹੇ ਹੁਣ ਜਿਹੜੇ ਸਟੂਡੈਂਟ ਵਿਚਾਰੇ ਮੜੀ ਜੀ ਠੀਕ ਠਾਕ ਇੰਟਰਵਿਊ ਹੈ ਤੱਕ ਦਾ ਸਟਾਰਟ ਵਾਲਾ ਕੰਮ ਹੈ ਜਿਹੜੇ ਕਹਿੰਦੇ ਜੀ ਮੈਨੂੰ ਤਾਂ ਘੱਟ ਆਉਂਦੀ ਹੈ ਉਹ ਅਪਲਾਈ ਕਰਨਾ ਆਪਣੇ ਰਸੇਬਾ ਦੇ ਵਿੱਚ ਤੇ ਇਜ਼ਮਾ ਦੇ ਵਿੱਚ ਕਿਉਂਕਿ ਇਜ਼ਮਾ ਵਾਲੇ ਏ ਯੂਨੀਵਰਸਟੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਐਮਓਈ ਲੈਂਦੀਆਂ ਤੇ ਐਮਓਈ ਲੈਟਰ ਹੋਣਾ ਜ਼ਰੂਰੀ ਹੈ ਜੇ ਤੁਹਾਡੀ ਹਾਈਲਰ ਸਪੀਡ ਹੀ ਨਹੀਂ ਕੀਤੀ ਹੋਈ ਇਹਨਾਂ ਯੂਨੀਵਰਸਿਟੀ ਦੇ ਵਿੱਚ ਨੋਰਮਲ ਇੰਟਰਵਿਊ ਹੁੰਦੀ ਹੈ ਜਿਹੜੀ ਕਿ ਤੁਹਾਡੀ ਇਜ਼ੀਲੀ ਫਿਰ ਵੀ ਕਲੀਅਰ ਹੋ ਜਾਂਦੀ ਹੈ ਹੋਰ ਤਾਂ ਹੋਰ ਸਾਡਾ ਇਹਨਾਂ ਨਾਲ ਪ੍ਰੋਪਰ ਟਾਈਅਪ ਹੈ ਜੇ ਤੁਹਾਡੀ ਇਨ ਕੇਸ ਇੰਟਰਵਿਊ ਨਹੀਂ ਵੀ ਕਲੀਅਰ ਹੁੰਦੀ ਦੈਨ ਤੁਸੀਂ ਜੇ ਉਹਨਾਂ ਨੂੰ ਲੱਗਦਾ ਕਿ ਸਟੂਡੈਂਟ ਮਤਲਬ ਕਿ ਕਈ ਵਾਰੀ ਕੀ ਸੀ ਸਾਡੇ ਜਿਵੇਂ ਸਟੂਡੈਂਟ ਨੂੰ ਇੰਟਰਵਿਊ ਕਲੀਅਰ ਨਹੀਂ ਹੋਈ ਸੀ ਫਿਰ ਉਹਨਾਂ ਨੂੰ ਜੀ ਰਿਕੁਐਸਟ ਕੀਤੀ ਸੋ ਉਹਨਾਂ ਨੇ ਦੁਬਾਰਾ ਇੰਟਰਵਿਊ ਉਹਨਾਂ ਨੇ ਕੰਡਕਟ ਕਰ ਲਈ ਦੈਨ ਹੁਣ ਉਹਨਾਂ ਨੇ ਉਸ ਮੁੰਡੇ ਨੇ ਉਸ ਬੱਚੇ ਨੇ ਪ੍ਰੋਪਰ ਕੌਨਫੀਡੈਂਸ ਦੇ ਨਾਲ ਇੰਟਰਵਿਊ ਦਿੱਤੀ ਸੋ ਇੰਟਰਵਿਊ ਦਾ ਮਤਲਬ ਕੀ ਹੈ ਇੰਟਰਵਿਊ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੇ YouTube ਦੇ 10 ਵੀਡੀਓ ਦੇਖ ਲਈਆਂ ਮੇਰੀ ਇੱਕ ਵੀਡੀਓ ਦੇਖ ਲਈ 50 ਵੀਡੀਓ ਦੇਖ ਲਈ ਇੱਕ ਬਰਾਬਰ ਹੈ ਇੰਟਰਵਿਊ ਦਾ ਮਤਲਬ ਸਿਰਫ ਇਹ ਹੈ ਕਿ ਤੁਹਾਨੂੰ ਤੁਹਾਡੀ ਇੰਗਲਿਸ਼ 5.5 ਲੈਵਲ 5.5 ਲੈਵਲ 5.5 ਬੈਂਡ ਦੀ ਹੋਣੀ ਜ਼ਰੂਰੀ ਹੈ ਨੰਬਰ 1 ਨੰਬਰ 2 ਇੰਟਰਵਿਊ ਦਾ ਮਤਲਬ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਲਾਤਵੀਆ ਕਿਉਂ ਚੂਜ਼ ਕੀਤਾ ਹੈ ਜੇ ਤੁਸੀਂ बार-बार ਰਿਪੀਟ ਕਰੋਗੇ ਆਈ ਚੂਜ਼ ਲਾਤਵੀਆ ਬਿਕੋਜ਼ देयर ਇਜ਼ ਅ ਅਫੋਰਡੇਬਲ ਸਟੱਡੀ ਅ ਯੂਨੀਵਰਸਿਟੀ ਮਾਈ ਯੂਨੀਵਰਸਿਟੀਜ਼ 플ਾਨਾ ਯੂਨੀਵਰਸਿਟੀਜ਼ ਉਹੀ ਜਿਹੜੇ ਰਿਪੀਟ ਕਰੀ ਜਾਓਗੇ ਜਿਹੜੇ ਨੈਟ ਤੇ ਲਿਖਿਆ ਹੋਇਆ ਹੈ ਦੇਨ ਤੁਹਾਨੂੰ ਇੰਟਰਵਿਊ ਕਲੀਅਰ ਨਹੀਂ ਹੁੰਦੀ ਕਿਉਂਕਿ ਤੁਸੀਂ ਇੱਕ ਚੀਜ਼ ਨੂੰ ਆਪਣੇ ਨੌਲੇਜ ਨਾਲ ਤੇ ਆਪਣੀ ਇੰਗਲਿਸ਼ ਨਾਲ ਦੱਸਣਾ ਤੀਜੀ ਇੰਟਰਵਿਊ ਕਲੀਅਰ ਉਹਨਾਂ ਦੀ ਹੋਊਗੀ ਜਿਨ੍ਹਾਂ ਨੂੰ ਆਪਣਾ ਸਬਜੈਕਟ ਪਤਾ ਹੈ ਸਬਜੈਕਟ ਦੇ ਵਿੱਚ ਕੀ ਹੁੰਦਾ ਹੈ ਸਬਜੈਕਟ ਨੂੰ ਜਿਹਨੂੰ ਵਾਇਰਲ ਸਾਈਬਰ ਕ੍ਰਾਈਮ ਕੀ ਹੁੰਦਾ ਉਹ ਇੰਟਰਵਿਊ ਕਲੀਅਰ ਕੀ ਕਰੂਗਾ ਜਿਹਨੂੰ ਇਸ ਗੱਲ ਦਾ ਨਹੀਂ ਪਤਾ ਸਬਜੈਕਟ ਸਾਰੇ ਦੇ ਸਾਰੇ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ ਜਿਹੜੇ ਤਰੀਬਾ ਦੇ ਵਿੱਚ ਇੰਟਰਵਿਊ ਦੇ ਕੁਸਚਨ ਹੈ ਉੰਨ੍ਹੀ ਤੁਹਾਨੂੰ ਤਿਆਰੀ ਕਰਾ ਦੂੰਗਾ ਸੋ ਤਿਆਰੀ ਅਸੀਂ ਕਰਵਾ ਸਕਦੇ ਆ ਅਸੀਂ ਕੁਐਸਚਨ ਪ੍ਰੋਵਾਈਡ ਨਹੀਂ ਕਰਵਾ ਸਕਦੇ ਜਿਹੜੇ ਕੁਐਸਚਨ ਪ੍ਰੋਵਾਈਡ ਕਰਾਵਾਂਗੇ ਉਹ ਇੱਕ ਜਸਟ ਇੱਕ ਪ੍ਰੈਕਟਿਸ ਬਾਸੇ ਐ ਕਿ ਜਿੰਨਾ ਨਾਲ ਤੁਹਾਡਾ ਮਤਲਬ ਕਿ ਫਲੂਐਂਸੀ ਬਣ ਜੇ ਸੋ ਸ਼ੀਸ਼ੇ ਮੂਰੇ ਬੋਲਿਆ ਕਰੋ ਸ਼ੀਸ਼ਾ ਲਾ ਕੇ ਬਾਤ ਤੋਂ ਬਾਤ ਅੰਦਰੋਂ ਕੁੰਡਲ ਵਾਲੇ ਕੋਲ ਕਮਰੇ ਦਾ ਜਾਂ ਕੋਈ ਆਵੇ ਨਾ ਦੈਨ ਤੁਹਾਡੀ ਇੰਟਰਵਿਊ ਕਲੀਅਰ ਹੋਊਗੀ ਅਦਰਵਾਈਜ਼ ਤੁਹਾਡੀ ਇੰਟਰਵਿਊ ਕਲੀਅਰ ਨਹੀਂ ਹੁੰਦੀ ਨਹੀਂ ਹੁੰਦੀ ਹੁਣ ਹੋਰ ਸਿਸਟਮ ਵੀ ਬਹੁਤ ਹੈ ਮੈਂ ਵੀਡੀਓ ਲੈ ਕੇ ਆਉਂਨੈਕਸਟ ਇੱਕ ਨਵੀਂ ਅਪਡੇਟ ਆਈ ਹੈ ਲਾਤਵੀਆ ਦੇ ਬਾਰੇ ਇਸ ਦੇ ਬਾਰੇ ਮੈਂ ਵੀਡੀਓ ਲੈ ਕੇ ਆਉਂਗਾ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਕੀਤਾ ਨਹੀਂ ਹਜੇ ਤੱਕ ਸੋ ਸਬਸਕ੍ਰਾਈਬ ਕਰੋ ਵੀਡੀਓ ਤੁਸੀਂ ਸ਼ੇਅਰ ਵੀ ਨਹੀਂ ਕੀਤੀ ਜਿਹੜੇ ਤੁਹਾਡੇ ਫਰੈਂਡ ਯੂਰਪ ਦੀ ਕੰਟਰੀ ਜਾਣਾ ਚਾਹੁੰਦੇ ਆ ਬਦਾਉਟ ਆਈਲੈਂਡਸ ਸੋ ਉਹਨਾਂ ਨੂੰ ਫਰੈਂਡ ਨੂੰ ਸ਼ੇਅਰ ਕਰੋ ਸੋ ਜੇ ਕੋਈ ਪਰਸਨ ਇਕੱਠੇ ਆਉਂਦੇ ਆ ਕੋਈ ਮੇਰੇ ਕੋਲ ਮਤਲਬ ਇਕੱਠੇ ਫਾਈਲ ਲਗਾ ਲੈਂਦੇ ਨੇ ਜਾਂ ਤੁਹਾਡੇ ਫਰੈਂਡ ਤੋਂ ਆਉਂਦੇ ਨੇ ਦੈਨ ਤੁਸੀਂ ਮੈਂ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਆਪਾਂ ਜਿਵੇਂ ਤੁਹਾਨੂੰ ਕਹੋਗੇ ਮੈਂ ਤੁਹਾਡੇ ਨਾਲ ਉਸ ਤੋਂ ਬਾਅਦ ਵੀ ਜਿੰਨਾ ਹੁਕਮ ਕੰਫੈਸ਼ਨ ਮੈਂ ਕਰ ਲੂੰਗਾ ਸੋ ਸਾਡੀ ਪੇਮੈਂਟ ਸਾਰੀ ਸਟੈਪ ਬਾਈ ਸਟੈਪ ਹੈ ਸੋ ਜਿਵੇਂ ਤੁਸੀਂ ਮੈਂ ਫਿਰ ਦੱਸ ਦਿੰਦਾ ਤੁਹਾਡੇ ਤੁਹਾਡੀ ਰੈਫਰੈਂਸ ਤੇ ਕੋਈ ਆਉਂਦਾ ਹੈ ਜਾਂ ਇਕੱਠੇ ਸਟੂਡੈਂਟ ਆ ਜਾਣ ਜਿਵੇਂ ਵੀ ਹੋਣੋ ਮੈਂ ਤੁਹਾਡੀ ਪ੍ਰੋਫਾਈਲ ਨੂੰ ਦੇਖ ਕੇ 101% ਲੈ ਕੇ ਦੇਵਾਂਗਾ ਪਰ ਜੇ ਤੁਹਾਡੀ ਗਰਾਰੀ ਇਹ ਹੋਊਗੀ ਅਸੀਂ ਤਾਂ ਦੋਨੋਂ ਨੇ ਜਾਣੇ ਇਕੱਠਿਆਂ ਨੇ ਕਿਉਂਕਿ ਮੈਨੂੰ ਪਤਾ ਹੈ ਇੱਕ ਨੇ ਕੀਤੀ ਹੋਈ ਹੈ BA ਇੱਕ ਨੇ ਕੀਤੀ ਹੋਈ ਹੈ BB A ਹੁਣ ਮੈਨੂੰ ਦੱਸੋ ਕਿ ਲਾਤਵੀਆ ਦੇ ਵਿੱਚ BA ਸੈਪਟ ਨਹੀਂ ਹੁੰਦੀ ਕਿਉਂਕਿ ਇਹ ਐਸੀ ਡਿਸੀਜਨ ਨਹੀਂ ਆਉਂਦਾ ਜਾਨਾ ਤੁਸੀਂ ਇਕੱਠਿਆਂ ਨੇ ਐ ਫਿਰ ਇਹਦਾ ਸੋਲੂਸ਼ਨ ਮੇਰੇ ਕੋਲ ਨਹੀਂ ਹੈਗਾ ਇੱਥੇ ਸੋਲੂਸ਼ਨ ਇਹੀ ਹੈ ਕਿ ਤੁਹਾਡਾ ਫਿਰ ਰੂਮਾਨੀਆ ਅਪਲਾਈ ਹੋਊਗਾ ਰੂਮਾਨੀਆ ਸ਼ੈਨਿੰਗ ਦੇ ਅੰਡਰ ਆ ਗਿਆ ਮਤਲਬ ਕਿ ਐਗਜ਼ਾਮਪਲ ਦੱਤੀ ਹੈ ਕਿ ਜੇ ਤੁਹਾਡੀ ਗਰਾਰੀ ਹੈ ਨਾ ਬੀ ਇੱਕ ਦੇ 55% ਐ ਤੇ 70% ਜਾਣਾ ਸੀ ਇਕੱਠਿਆਂ ਨੇ ਫਿਰ ਜਿਹੜੇ ਨੇ ਜੀ ਦਾ ਅਪਲਾਈ ਹੁੰਦਾ ਰਿਗਾ ਦੇ ਵਿੱਚ ਉਹ ਮੁੰਡੇ ਦਾ ਵੀ ਰਿਗਾ ਨਾਲੋਂ ਰਸੀਬਾ ਚ ਹੀ ਹੋਊਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਬੀਟੂ ਦੇਖ ਲਈ ਚਾਸੀ ਕਰ